ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਟ੍ਰੇਨਿੰਗ ਕੈਂਪ ਦੇ ਵਿੱਚ ਕੁਝ ਕਿਸਾਨ ਦਿਸੇ ਖੁਸ਼ ਅਤੇ ਕੁਝ ਦਿਸੇ ਨਾਰਾਜ਼। ਬਠਿੰਡਾ ਦੇ ਡਿਪਟੀ ਕਮਿਸ਼ਨਰ ਪਹੁੰਚੇ ਕਾਫ਼ੀ ਲੇਟ। ਦੱਸ ਦਈਏ ਕਿ ਅੱਜ ਬਠਿੰਡਾ ਦੇ ਖੇਤੀਬਾੜੀ ਭਵਨ ਵਿਖੇ ਕਿਸਾਨਾਂ ਲਈ ਇੱਕ ਸਿਖਲਾਈ ਕੈਂਪ ਰੱਖਿਆ ਗਿਆ ਸੀ, ਜਿਸ ਦੇ ਵਿੱਚ ਡਿਪਟੀ ਕਮਿਸ਼ਨਰ ਦਾ ਆਉਣਾ 10:30 ਵਜੇ ਦਾ ਟਾਈਮ ਰੱਖਿਆ ਗਿਆ ਸੀ, ਲੇਕਿਨ ਡਿਪਟੀ ਕਮਿਸ਼ਨਰ 1 ਵਜੇ ਤੋਂ ਬਾਅਦ ਪਹੁੰਚੇ। ਉਦੋਂ ਤੱਕ ਕਿਸਾਨ ਜਾ ਚੁੱਕੇ ਸਨ। ਅਸੀਂ ਤੁਹਾਨੂੰ ਦਿਖਾ ਰਹੇ ਹਾਂ ਬਠਿੰਡਾ ਦੇ ਖੇਤੀਬਾੜੀ ਦਫ਼ਤਰ ਵਿਖੇ ਲੱਗੇ ਕਿਸਾਨ ਮੇਲੇ ਦੀਆਂ, ਕਿਸਾਨ ਸਿਖਲਾਈ ਕੈਂਪ ਦੀਆਂ, ਜਿੱਥੇ ਬਹੁਤ ਹੀ ਘੱਟ ਕਿਸਾਨ ਅੱਜ ਇੱਥੇ ਦਿਖਾਈ ਦਿੱਤੇ। ਜਿਸ ਤਰ੍ਹਾਂ ਕਿ ਇਸ ਤੋਂ ਪਹਿਲਾਂ ਮੇਲਿਆਂ ਦੇ ਵਿੱਚ ਕਾਫ਼ੀ ਵੱਡੀ ਗਿਣਤੀ ਕਿਸਾਨ ਪਹੁੰਚਦੇ, ਲੇਕਿਨ ਇਸ ਵਾਰ ਕਿਸਾਨਾਂ ਨੇ ਕੋਈ ਜ਼ਿਆਦਾ ਇੰਟਰਸਟ ਦਿਖਾਈ ਨਹੀਂ ਦਿੱਤਾ ਇਹਨਾਂ ਮੇਲਿਆਂ ਦੇ ਵਿੱਚ। ਬਹੁਤ ਘੱਟ ਕਿਸਾਨ ਦਿਖਾਈ ਦਿੱਤੇ। ਕੁਝ ਕਿਸਾਨਾਂ ਦਾ ਕਹਿਣਾ ਕਿ ਇਹ ਮੇਲੇ ਸਿਰਫ ਫਾਰਮੈਲਿਟੀਆਂ ਲਈ ਕੀਤੇ ਜਾਣ, ਮੇਲਿਆਂ ਦੇ ਵਿੱਚ ਲੱਭਦਾ ਕੁਝ ਵੀ ਨਹੀਂ ਹੈ। ਜੋ ਕਿਸਾਨ ਇੱਥੇ ਮੇਲਿਆਂ ਦੇ ਵਿੱਚ ਲੈਣ ਆਉਂਦੇ ਹਨ, ਉਹ ਕਿਸਾਨਾਂ ਨੂੰ ਇੱਥੇ ਮਿਲ ਨਹੀਂ ਰਿਹਾ, ਜਿਸ ਨੂੰ ਲੈ ਕੇ ਕੁਝ ਕਿਸਾਨ ਇਸ ਮੇਲੇ ਤੋਂ ਖੁਸ਼ ਦਿਖਾਈ ਦਿੱਤੇ ਅਤੇ ਕੁਛ ਕਿਸਾਨ ਇਸ ਮੇਲੇ ਤੋਂ ਨਾਰਾਜ਼ ਵੀ ਦਿਖਾਈ ਦਿੱਤੇ। ਤੁਸੀਂ ਦੇਖ ਰਹੇ ਹੋ ਤਸਵੀਰਾਂ ਬਠਿੰਡਾ ਦੇ ਡੱਬੜ 'ਤੇ ਰੋਡ 'ਤੇ ਲੱਗੀ ਕਿਸਾਨ ਮੇਲੇ ਦੀਆਂ, ਕਿਸਾਨ ਸਿਖਲਾਈ ਕੈਂਪ ਦੀਆਂ। ਬਲਕੇਸ਼ ਸਿੰਘ ਮੇਰਾ ਨਾਂ ਹੈ, ਪਿੰਡ ਕੁਮਾਰੂ ਸਵੈਰ। ਅਸੀਂ ਆਏ ਸੀ ਇੱਥੇ ਵੀ ਸਾਨੂੰ ਬੀਜ ਮਿਲਣਗੇ, ਕਣਕ ਦੇ ਨਵੇਂ, ਛੋਲਿਆਂ ਦਾ ਬੀਜ ਮਿਲੂ, ਸਰ੍ਹੋਂ ਦਾ ਬੀਜ ਮਿਲੂ, ਬਾਕੀ ਸਿੱਖਣ ਵਾਸਤੇ ਦਵਾਈਆਂ ਬੂਟੀਆਂ ਜ਼ਹਿਰਾਂ ਦਾ। ਸਾਨੂੰ ਇਹ ਦੱਸ ਰਹੇ ਨੇ ਵੀ ਜੇ ਕੋਈ ਵੀ ਬਿਮਾਰੀ ਆਉਂਦੀ ਹੈ ਵੀ ਉਹ ਦੱਸ ਰਹੇ ਨੇ ਇਹ ਵੀ ਉਹਦੇ ਕਰਕੇ ਆਏ ਸੀ। ਤੁਹਾਡੇ ਪੱਲੇ ਪਿਆ ਕੁਛ? ਹਾਂਜੀ ਹਾਂਜੀ, ਹੁਣੇ ਉੱਠੇ ਹਨ। ਕਿਸ ਤਰ੍ਹਾਂ ਦਾ ਕੋਈ ਸਿੱਖਿਆ ਮਿਲੇ ਵੀ ਕੀ ਕੰਮ ਕਰਨਾ ਚਾਹੀਦਾ, ਕਿਸ ਤਰ੍ਹਾਂ ਦੇ? ਇਹ ਦੱਸ ਕੇ ਹਟੇ ਆ ਵੀ ਜੇ ਮਤਲਬ ਕੋਈ ਤੁਹਾਨੂੰ ਯੂਰੀਆ ਦੀ ਘਾਟ ਆਉਂਦੀ ਹੈ ਜਾਂ ਕਣਕ ਨੂੰ ਕੂੰਗੀ ਆਉਂਦੀ ਹੈ ਵੀ ਉਹਨੂੰ ਤੁਸੀਂ ਯੂਰੀਆ ਪਾ ਕੇ ਆਪਣਾ 50 ਲੀਟਰ ਪਾਣੀ ਜਾਂ 100 ਲੀਟਰ ਪਾਣੀ ਦੇ ਵਿੱਚ ਪਾ ਕੇ ਉਹਦੀ ਸਪਰੇਅ ਕਰੋ ਵੀ ਉਹਦੀ ਕੂੰਗੀ ਰਹਿਤ ਹੋ ਜੂਗਾ। ਹੁਣ ਜਿਵੇਂ ਕਣਕ ਦੀ ਖੇਤੀ ਆਪਾਂ ਬੀਜਣੀ, ਉਹਦੇ ਬਾਰੇ ਵੀ ਜਾਣਕਾਰੀ ਦਿੱਤੀ ਹੋਵੇ, ਉਸ ਬਾਰੇ ਦੱਸਿਆ ਕੁਛ? ਕਣਕ ਦੀ ਤਾਂ ਨਹੀਂ ਅਜੇ ਦਿੱਤੀ, ਹਜੇ ਤਾਂ ਬੀਜ ਦੱਸਿਆ ਜੀ, ਕਹਿੰਦੇ ਉੱਧਰੋਂ ਮਿਲੂਗਾ, ਬੀਜ ਲੈਣ ਜਾ ਰਹੇ ਹਾਂ। ਮਨਦੀਪ ਸਿੰਘ ਹੈ ਜੀ, ਪਿੰਡ ਕਰੜ ਵਾਲੇ। ਕੀ ਕਹਿਣਾ ਚਾਹੋਗੇ ਅੱਜ ਤੁਸੀਂ ਇੱਥੇ ਖੇਤੀਬਾੜੀ ਮੇਲੇ 'ਤੇ ਆਏ ਹੋਗੇ, ਕੀ ਸਿੱਖਿਆ ਮਿਲੀ? ਇੱਥੇ ਨਵੇਂ ਸੰਦਾਂ ਬਾਰੇ ਜਾਣਕਾਰੀ ਮਿਲੀ, ਦੇਖਣ ਨੂੰ ਮਿਲੀ, ਨਵੇਂ ਬੀਜਾਂ ਬਾਰੇ ਜਾਣਕਾਰੀ ਮਿਲੀ ਹੈ ਜੀ। ਬਾਕੀ ਜਿਹੜਾ ਇੱਥੇ ਦੱਸਦੇ ਆ ਡਾਕਟਰ ਸਾਹਿਬਾਨ, ਉਹਨਾਂ ਪਤਾ ਲੱਗਦਾ ਵੀ ਕੋਈ ਆਹ ਚੂਹਾਂ ਦੀਆਂ ਖੁੱਡਾਂ ਬੰਦ ਕਰਨ ਵਾਸਤੇ ਪਤਾ ਲੱਗਿਆ ਵੀ ਕਿੱਥੋਂ ਕਿਵੇਂ ਭਾਲਣੇ ਚੂਹੇ, ਜਿਹੜੀ ਸਹੀ ਖੱਡ ਹੈ ਜਿਹੜੀ ਨਹੀਂ, ਆਪਾਂ ਬੰਦ ਖੱਡਾਂ ਦੇ ਉੱਤੇ ਧਰੀ ਜਾਂਦੇ ਹਾਂ, ਉਹ ਪੁਰਾਣੀਆਂ ਖੱਡਾਂ ਹੁੰਦੀਆਂ। ਬਾਕੀ ਹੋਰ ਉਹਨਾਂ ਨੇ ਬਾਗਬਾਨੀ ਮਹਿਕਮਿਆਂ ਨੇ ਵਧੀਆ ਜਾਣਕਾਰੀ ਦਿੱਤੀ ਹੈ ਵੀ ਪਹਿਲਾਂ PH ਚੈੱਕ ਕਰੋ ਵੀ ਕਿਹੜੇ ਵਾਹਣਾਂ 'ਚ ਆਪਣੇ ਬਾਗ ਲੱਗ ਸਕਦਾ, ਕਿਹੜੇ 'ਚ ਨਹੀਂ ਲੱਗ ਸਕਦਾ। ਇਹ ਸਭ ਚੰਗੀਆਂ ਮਤਲਬ ਆਪਾਂ ਨੂੰ ਜਾਣਕਾਰੀ ਮਿਲੀ ਹੈ। ਜਿਵੇਂ ਇਹ ਮੇਲੇ ਹੈਗੇ 3-3, 4-4 ਮਹੀਨਿਆਂ ਬਾਅਦ ਲੱਗਦੇ ਹੈਗੇ, ਅਤੇ ਕਿਸ ਤਰ੍ਹਾਂ ਦੇ ਮੇਲੇ ਕੀ ਆਏ ਮਹੀਨੇ ਨਹੀਂ ਜਾਂ ਪਿੰਡਾਂ 'ਚ ਜਾ ਕੇ ਲਾਏ ਜਾਣ ਤਾਂ ਕੋਈ ਫਾਇਦਾ ਹੋ ਸਕਦਾ? ਉਹ ਨਾ ਹੋਰ ਵਧੀਆ ਜਾਣਕਾਰੀ ਮਿਲ ਸਕਦੀ, ਚੰਗਾ ਹੋਰ ਜਿਹੜੇ ਨਵੇਂ ਮੁੰਡੇ ਨਵੇਂ ਨਾਲ ਜੁੜ ਸਕਦੇ ਆ। ਐਂ ਦੂਰ ਆਉਣ 'ਚ ਹਜੇ ਫਿਰ ਵੀ ਜ਼ਿਮੀਂਦਾਰ ਝਿਜਕ ਜਾਂਦਾ ਵੀ ਨਹੀਂ ਆਉਂਦਾ। ਨਰਮੇ ਦੀ ਫਸਲ ਜਿਵੇਂ ਪਿੱਛੇ ਖਰਾਬ ਬਹੁਤ ਹੋਈ ਆ, ਉਹਦੇ ਬਾਰੇ ਕੋਈ ਗੱਲਬਾਤ ਹੋਈ? ਨਰਮੇ ਦੀ ਫਸਲ ਦੀ ਹੈਗੀ ਹੈ ਡਕਤੀ, ਵਾਹਵਾ ਨੁਕਸਾਨ ਹੈਗਾ ਲੋਕਾਂ ਦਾ। ਅੱਜ ਕੋਈ ਗੱਲਬਾਤ ਹੋਈ? ਨਹੀਂ ਅੱਜ ਤਾਂ ਨਹੀਂ ਹੋਈ। ਰਾਜਵਿੰਦਰ ਸਿੰਘ ਜੀ, ਮੇਰਾ ਪਿੰਡ ਜਗਾ ਰਾਮ ਤੀਰਥ ਹੈ, ਬਲਾਕ ਤਲਵੰਡੀ ਸਾਬੋ, ਜ਼ਿਲ੍ਹਾ ਬਠਿੰਡਾ। ਅੱਜ ਜਿਹੜੇ ਕੈਂਪ ਲਾਏ ਜਾਂਦੇ ਨੇ, ਇਹਨਾਂ ਦਾ ਕੀ ਕਹਿਣਾ ਚਾਹੋਗੇ? ਇਹ ਮੈਨੂੰ ਤਾਂ ਜੀ ਜਿਹੜੇ ਕੈਂਪ ਨੇ ਸਿਰਫ ਇਹ ਫਾਰਮੈਲਿਟੀਆਂ ਹੀ ਲੱਗਦੀਆਂ ਨੇ, ਕਿਉਂਕਿ ਜਿਹੜੀ ਨਰਮੇ ਦੀ ਫਸਲ ਹੈ, ਮੈਂ ਪਰਸੋਂ ਤੋਂ, ਮੇਰੇ ਕੋਲ ਸੁਪਰ ਸੀਡਰ ਹੈਗਾ, ਮੈਂ ਪਰਸੋਂ ਤੋਂ ਬਾਹਰ ਆਇਆ, ਕਿਸਾਨ ਰੋਂਦੇ ਨੇ, ਉਹਨਾਂ ਦਾ ਕੋਈ ਉਹਨਾਂ ਦੀ ਸੁਣਵਾਈ ਨਹੀਂ ਕਰ ਰਿਹਾ, ਕੋਈ ਉਹਨਾਂ ਨੂੰ ਹਜੇ ਮੁਆਵਜ਼ਾ ਵੀ ਵਿੱਚੇ ਲਮਕਦਾ ਫਿਰਿਆ। ਅਤੇ ਜਿਹੜੀ ਮੇਰੀ ਆਪਣੀ ਗੁਲਾਬੀ ਸੁੰਡੀ ਨਾਲ ਨਰਮੇ ਦੀ ਪੂਰੀ ਤਰ੍ਹਾਂ ਜਿਹੜੀ ਫਸਲ ਹੈ ਬਰਬਾਦ ਹੋ ਚੁੱਕੀ ਹੈ। ਪਰਸੋਂ ਮੈਂ 2 ਕਿੱਲੇ ਨਰਮਾ ਇੱਕ ਕਿਸਾਨ ਦਾ ਵਾਹਿਆ, ਉਹ ਖੇਤ ਦੇ ਵਿੱਚੋਂ ਵਾਗਿਆ ਰੋਂਦਾ ਹੋਇਆ ਵਿਚਾਰਾ, ਉਹ ਕਹਿੰਦਾ ਵੀ ਮੈਂ ਇਸ ਖੇਤ ਦੇ ਵਿੱਚ ਵੜ ਕੇ ਨਹੀਂ ਦੇਖਿਆ, ਅਤੇ 9-9 ਫੁੱਟ ਦੀ ਹਾਈਟ ਸੀਗੀ ਨਰਮੇ ਦੀ। ਕਿਸਾਨੀ ਦੇ ਇਹ ਹਾਲਾਤ ਨੇ, ਅਤੇ ਇੱਥੇ ਸਾਰੇ ਫਾਰਮੈਲਿਟੀਆਂ ਦੇਖੋ, ਆ ਜਿਹੜੇ ਹੁਣ ਤੁਸੀਂ ਲੈਕਚਰ ਤੁਸੀਂ ਵੀ ਸੁਣ ਰਹੇ ਹੋ, ਹਜੇ ਤੱਕ ਕਿਸੇ ਬੁਲਾਰੇ ਨੇ ਕੋਈ ਨਰਮੇ ਬਾਰੇ ਕੋਈ ਗੱਲ ਨਹੀਂ ਕੀਤੀ ਹੈ ਇੱਥੇ, ਅਤੇ ਨਾ ਕੋਈ ਆਉਣ ਵਾਲੇ ਸਮੇਂ 'ਚ ਇਹ ਕਹਿ ਰਹੇ ਨੇ ਵੀ ਤੁਹਾਨੂੰ ਅਸੀਂ ਕੋਈ ਕੀ ਬੀਜ ਦੇਵਾਂਗੇ, ਕੀ ਕੁਛ ਅਸੀਂ ਕਰ ਰਹੇ ਹਾਂ ਕੀ ਨਹੀਂ ਕਰ ਰਹੇ। ਨਰਮੇ ਦੇ ਵਿੱਚ ਹਜੇ ਕਿਸੇ ਨੇ ਕੋਈ ਨਰਮੇ ਦੀ ਕੋਈ ਗੱਲ ਨਹੀਂ ਕੀਤੀ ਹੈ ਇੱਥੇ। ਜਿਵੇਂ ਕਹਿ ਰਹੇ ਜੀ ਪਰਾਲੀ ਵਿੱਚ ਵਾਹੀ ਜਾਵੇ ਨਾ ਫੂਕੀ ਜਾਵੇ, ਅਤੇ ਪਿਛਲੇ ਵਾਰੀ ਵੀ ਲੋਕਾਂ ਨੇ ਵਿੱਚ ਵਾਹ ਕੇ ਨਰਮ ਆਪਣੇ ਕਣਕਾਂ ਬੀਜੀਆਂ ਸੀ, ਸੁੰਡੀ ਪੈ ਗਈ ਸੀ, ਕੋਈ ਉਹਦੇ ਸੁਝਾਅ ਬਾਰੇ ਇਹਨਾਂ ਦੱਸਿਆ? ਉਹਦੇ ਸੁਝਾਅ ਜੀ, ਮੈਂ ਪਿਛਲੇ 6 ਸਾਲ ਹੋ ਗਏ ਜੀ ਮੈਨੂੰ, ਮੈਂ ਅੱਜ ਤੱਕ ਪਰਾਲੀ ਨੂੰ ਅੱਗ ਨਹੀਂ ਲਾਈ ਹੈਗੀ। ਮੈਂ ਹੈਪੀ ਸੀਡਰ ਨਾਲ ਜਾਂ ਪਿਛਲੇ ਸਾਲ ਸੁਪਰ ਸੀਡਰ ਨਾਲ ਕੁਛ ਬਿਜਾਈ ਕੀਤੀ ਹੈ, ਉਹਦੇ 'ਚ ਸੁੰਡੀ ਵੀ ਪੈਂਦੀ ਹੈ,
ਉਹਦੀਆਂ ਵੀ ਆਪ ਦੀਆਂ ਸਾਨੂੰ ਜੱਟਾਂ ਨੂੰ ਆਪਦੇ ਟੋਟ ਕੇ ਵਰਤਣੇ ਪੈਂਦੇ ਨੇ ਜੇ ਉਹਦੇ ਵਿੱਚ ਕੋਈ ਅਟੈਕ ਆਉਂਦਾ ਹੈ ਤੇ। ਲੇਕਿਨ ਜਿਹੜੀਆਂ ਇਹਨਾਂ ਦੀਆਂ ਮੰਨੋ ਵੀ ਮੌਕੇ ਤੇ ਜਾਂਦੇ ਵੀ ਹੈਗੇ ਨੇ, ਗੱਲ ਸੁਣਦੇ ਵੀ ਨਹੀਂ ਇੱਥੇ। ਡੂੰਗਰ ਸਿੰਘ ਬਰਾੜ ਜੀ ਨੇ ਪਿਛਲੇ ਸਾਲ ਮੇਰੇ ਖੇਤ ਦੇ ਵਿੱਚ ਜਦੋਂ ਫਸਲ ਨੁਕਸਾਨੀ ਗਈ ਹੈ ਜਾ ਕੇ ਵੀ ਆਏ ਨੇ, ਪਰ ਜਿਹੜਾ ਉਹਦਾ ਨੁਕਸਾਨ ਹੈ ਉਹ ਕਿਸਾਨ ਨੂੰ ਆਪ ਨੂੰ ਕਰਨਾ ਪੈਂਦਾ ਹੈ ਤੇ ਮਹਿਕਮਾ ਇਹਦੇ ਵਿੱਚ ਕੋਈ ਆਪਾਂ ਨੂੰ ਕਿਸਾਨ ਨੂੰ ਮਦਦ ਨਹੀਂ ਕਰਦਾ ਵੀ ਭਾਈ ਤੁਹਾਨੂੰ ਕੋਈ ਦਵਾਈ ਦਿੰਦੇ ਹਾਂ ਜਾਂ ਕੁਛ ਹੋਰ ਦਿੰਦੇ ਹਾਂ। ਜਦੋਂ ਇਹ ਕਹਿੰਦੇ ਕਿ ਵੀ ਤੁਸੀਂ ਪਰਾਲੀ ਖੇਤਾਂ ਵਿੱਚ ਵਾਹੋ ਇਹਦਾ ਫਾਇਦਾ ਹੋਊਗਾ, ਪਰ ਤੁਹਾਨੂੰ ਇਹ ਦੱਸਦੇ ਵੀ ਇਹਦੇ ਨਾਲ ਸੁੰਡੀ ਵੀ ਪਊਗੀ, ਕਿਸੇ ਨੂੰ ਜਾਣਕਾਰੀ ਦਿੱਤੀ ਨਹੀਂ? ਸੁੰਡੀ ਤਾਂ ਹੁਣ ਆ ਵੀ ਨਹੀਂ, ਨਰਮੇ ਵਾਲੀ ਵੀ ਨਹੀਂ ਦੱਸਿਆ ਜਿਹਨਾਂ ਨੇ ਵੀ ਪਊਗੀ। ਮੈਂ ਮਨਜੀਤ ਸਿੰਘ, ਮੁੱਖ ਖੇਤੀਬਾੜੀ ਅਫਸਰ ਬਠਿੰਡਾ। ਅੱਜ ਅਸੀਂ ਹਾੜੀ ਦੀਆਂ ਫਸਲਾਂ ਦੀ ਬਿਜਾਈ ਦੇ ਸੰਬੰਧ ਵਿੱਚ ਕੈਂਪ ਲਾਇਆ ਕਿਸਾਨਾਂ ਨੂੰ ਜਾਣਕਾਰੀ ਦੇਣ ਲਈ। ਇਸ ਕੈਂਪ ਦੇ ਵਿੱਚ ਕਿਸਾਨਾਂ ਨੂੰ ਫਸਲਾਂ ਦੀ ਕਾਸ਼ਤ ਸੰਬੰਧੀ ਤਕਨੀਕੀ ਜਾਣਕਾਰੀ ਦਿੱਤੀ ਜਾਂਦੀ ਹੈ, ਫਸਲ ਦੀ ਬਿਜਾਈ ਤੋਂ ਲੈ ਕੇ ਅਤੇ ਫਸਲ ਦੀ ਹਾਰਵੈਸਟਿੰਗ ਤੱਕ ਜਿੰਨੇ ਵੀ ਓਪਰੇਸ਼ਨ ਹੋਣੇ ਆ ਉਹਦੇ ਸਾਰਿਆਂ ਦਾ ਹੀ ਟੈਕਨੀਕਲ ਗਾਈਡੈਂਸ ਇਸ ਕੈਂਪ ਵਿੱਚ ਦਿੱਤੀ ਜਾ ਰਹੀ ਹੈ। ਸੀਡ ਟ੍ਰੀਟਮੈਂਟ ਤੋਂ ਲੈ ਕੇ ਜ਼ਮੀਨ ਦੀ ਵਾਹ ਵਹਾਈ ਤੋਂ ਲੈ ਕੇ ਹੋਰ ਜੋ ਓਪਰੇਸ਼ਨ ਕਰਨੇ ਆ ਫਸਲ ਦੀ ਕਾਸ਼ਤ ਦੇ ਸੰਬੰਧ ਵਿੱਚ ਸਾਰੇ ਹੀ ਇਸ ਕਿਸਾਨ ਮੇਲੇ ਵਿੱਚ ਡਿਸਕਸ ਕੀਤੇ ਜਾਂਦੇ ਆ। ਬਾਕੀ ਹੋਰ ਡਿਪਾਰਟਮੈਂਟਾਂ ਤੋਂ ਵੀ ਅਲਾਈਡ ਡਿਪਾਰਟਮੈਂਟ ਨੇ ਜਿਹੜੇ ਐਗਰੀਕਲਚਰ ਦੇ, ਜਿਸ ਤਰ੍ਹਾਂ ਮੱਛੀ ਪਾਲਣ ਵਿਭਾਗ ਆ, ਬਾਗਬਾਨੀ ਵਿਭਾਗ ਆ, ਉਹਨਾਂ ਵਿਭਾਗਾਂ ਤੋਂ ਵੀ ਸਾਡੇ ਕੋਲ ਟੈਕਨੀਕਲ ਸਟਾਫ ਆਇਆ ਅਤੇ ਉਹਨਾਂ ਦੀ ਕਾਸ਼ਤ ਦੇ ਸੰਬੰਧ ਵਿੱਚ ਜਾਂ ਮੱਛੀ ਪਾਲਣ ਦੇ ਸੰਬੰਧ ਵਿੱਚ ਵੀ ਪੂਰੀ ਤਰ੍ਹਾਂ ਜਾਣਕਾਰੀ ਦਿੱਤੀ ਜਾਂਦੀ। ਅੱਜ ਕਿਸਾਨ ਬਹੁਤ ਘੱਟ ਹੈ, ਕੀ ਕਾਰਨ ਹੈ? ਇਸ ਟਾਈਮ ਕੁਛ ਜਿਵੇਂ ਇਸ ਤਰ੍ਹਾਂ ਹੁਣ ਆਪਾਂ ਝੋਨੇ ਦੀ ਵਾਢੀ ਸ਼ੁਰੂ ਹੋ ਚੁੱਕੀ ਆ ਜਾਂ ਨਰਮੇ ਦਾ ਵੀ ਚਲੋ ਭਾਵੇਂ ਨੁਕਸਾਨ ਹੋਇਆ ਅਤੇ ਪਰ ਉਹਦੀ ਵੀ ਚੋਗ ਚਗਾਈ ਦਾ ਕੰਮ ਚੱਲ ਰਿਹਾ, ਇਸ ਕਰਕੇ ਥੋੜ੍ਹੇ ਕਿਸਾਨਾਂ ਦੀ ਗਿਣਤੀ ਘੱਟ ਆਈ ਆ ਕਿ। ਪਰ ਫਿਰ ਵੀ ਜਿੰਨੇ ਕੁ ਕਿਸਾਨ ਆਏ ਆ ਅਸੀਂ ਸਾਰਿਆਂ ਦਾ ਇੱਥੇ ਬੜਾ ਸਵਾਗਤ ਕੀਤਾ ਜੀ। ਹਾਂ ਬਿਲਕੁਲ ਜੀ, ਗੁਲਾਬੀ ਸੁੰਡੀ ਦੇ ਸੰਬੰਧ ਵਿੱਚ ਜੋ ਮੇਨ ਕਾਰਨ ਹੈ ਇਸ ਵਾਰ ਉਹ ਰਿਹਾ ਕੋਟਨ ਜਿੰਨੇ ਫੈਕਟਰੀਜ਼, ਜਿਹੜੀਆਂ ਜਿੰਨੇ ਫੈਕਟਰੀਜ਼ ਨੇ ਕੋਟਨ ਬਾਹਰੋਂ ਬਾਹਰਲੀਆਂ ਸਟੇਟਾਂ 'ਚੋਂ ਖਰੀਦ ਕੇ ਲਿਆਉਂਦੀ ਆ, ਜਿੱਥੇ ਕਿ ਪਹਿਲਾਂ ਪਿਛਲੇ ਸਾਲ ਗੁਲਾਬੀ ਸੁੰਡੀ ਦਾ ਅਟੈਕ ਹੋਇਆ ਸੀ ਉੱਥੋਂ ਖਰੀਦ ਕੇ ਲਿਆਉਂਦੀ ਆ, ਅਤੇ ਉਹਦੇ ਵਿੱਚ ਉਹਨਾਂ ਦਾ ਲਾਰਵਾ ਆਇਆ ਅਤੇ ਉਹਦੀ ਜੇ ਪ੍ਰੋਪਰ ਫਿਮੀਗੇਸ਼ਨ ਨਾ ਹੋਣ ਕਾਰਨ ਉਹ ਲਾਰਵਾ ਮਰਿਆ ਨਹੀਂ ਅਤੇ ਉਹ ਅੱਗੇ ਵੱਧਦਾ ਗਿਆ, ਅਤੇ ਅਸੀਂ ਜੋ ਦੇਖਿਆ ਸਾਡੇ ਸਰਵੇਲੈਂਸ 'ਚ ਜਿਹੜਾ ਗੁਲਾਬੀ ਸੁੰਡੀ ਦਾ ਹਮਲਾ ਸ਼ੁਰੂ ਹੋਇਆ ਉਹ ਪਹਿਲਾਂ ਜਿੰਨੇ ਕੁ ਫੈਕਟਰੀਆਂ ਦੇ ਨੇੜੇ ਨੇੜੇ ਸ਼ੁਰੂ ਹੋਇਆ ਜਾਂ ਜਿਹੜੀਆਂ ਪਿਛਲੇ ਸਾਲ ਦੀਆਂ ਸਿੱਟੀਆਂ ਕਿਸਾਨਾਂ ਦੇ ਖੇਤਾਂ 'ਚ ਪਈਆਂ ਸੀ ਜਾਂ ਪਿੰਡਾਂ ਦੇ ਬਾਹਰ ਬਾਹਰ ਪਈਆਂ ਸੀ, ਜਿੱਥੇ ਵੀ ਸਿੱਟੀਆਂ ਪਈਆਂ ਸੀ ਉੱਥੋਂ ਇਹ ਹਮਲਾ ਸ਼ੁਰੂ ਹੋਇਆ। ਅਤੇ ਅਸੀਂ ਕਿਸਾਨ ਭਰਾਵਾਂ ਨੂੰ ਵੀ ਅਪੀਲ ਕੀਤੀ ਹੈ, ਅਗਲੀ ਵਾਰ ਵੀ ਅਪੀਲ ਕਰਦੇ ਹਾਂ ਵੀ ਸਿੱਟੀਆਂ ਖੇਤਾਂ ਵਿੱਚ ਨਾ ਸਟੋਰ ਕਰੀਆਂ ਜਾਣ, ਜੇਕਰ ਕਰਨੀਆਂ ਪੈ ਵੀ ਜਾਣ ਤਾਂ ਉਹਨੂੰ ਜਨਵਰੀ ਐਂਡ ਤੱਕ ਹਰ ਹਾਲਤ ਵਿੱਚ ਵਰਤ ਲੈਣਾ ਚਾਹੀਦਾ ਜਾਂ ਡਿਸਟਰੋਏ ਕਰ ਦੇਣਾ ਚਾਹੀਦਾ ਤਾਂ ਕਿ ਇਹਦਾ ਸਾਈਕਲ ਟੁੱਟ ਜਾਵੇ, ਕਿਉਂਕਿ ਇਹ ਜੇ ਸੁੰਡੀ ਆ ਪਿੰਕ ਬਾਲ ਵਰਮ ਆ ਇਹ ਸਿਰਫ ਨਰਮੇ ਦੀ ਸੁੰਡੀ ਆ, ਨਰਮੇ ਤੋਂ ਬਿਨਾਂ ਹੋਰ ਕਿਸੇ ਫਸਲ 'ਤੇ ਨਹੀਂ ਪਲਦੀ, ਇਹ ਨਰਮੇ ਕਪਾਹ 'ਤੇ ਹੀ ਪਲਦੀ ਆ। ਜੇਕਰ ਨਰਮੇ ਕਪਾਹ ਦਾ ਇਹਦਾ ਹੋਸਟ ਨੂੰ ਨਾ ਮਿਲੇ ਤਾਂ ਇਹ ਸੁੰਡੀ ਆਪਣੇ ਆਪ ਦਾ ਸਾਈਕਲ ਟੁੱਟ ਜਾਂਦਾ, ਖਤਮ ਹੋ ਜਾਂਦਾ। ਹਾਂ ਬਿਲਕੁਲ ਜੀ, ਇਹਦੇ ਸੰਬੰਧ 'ਚ ਕਿਸਾਨਾਂ ਨੂੰ ਅਸੀਂ ਕੈਂਪ ਲਾ ਕੇ ਇਸ ਗੱਲ ਬਾਰੇ ਵੀ ਜਾਗਰੂਕ ਕੀਤਾ ਜਿਸ ਤਰ੍ਹਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ। ਦੂਸਰੀ ਗੱਲ ਇਹ ਆ ਵੀ ਅਸੀਂ ਸਰਕਾਰ ਨੂੰ ਲਿਖ ਭੇਜਿਆ ਵੀ ਇਹਦੇ ਵਾਸਤੇ ਵੀ ਕੋਈ ਨਾ ਕੋਈ ਜ਼ਰੂਰ ਇਹਦਾ ਕਾਨੂੰਨ ਬਣਨਾ ਚਾਹੀਦਾ, ਜਿਸ ਤਰ੍ਹਾਂ ਕਿ ਮੇਰਾ ਖਿਆਲ ਸਰਕਾਰ ਵੱਲੋਂ ਕੋਈ ਨਾ ਕੋਈ ਜ਼ਰੂਰ ਇਹਦੇ ਵਾਸਤੇ ਕੋਈ ਕਦਮ ਚੁੱਕਿਆ ਜਾਵੇਗਾ, ਇਹਨਾਂ ਨੂੰ ਪ੍ਰੋਪਰ ਫਿਊਮੀਗੇਟ ਕਰਨ ਦੇ ਖਾਤਰ ਜਾਂ ਜਿਸ ਤਰ੍ਹਾਂ ਵੀ ਹੋਵੇ ਇਹਨਾਂ 'ਤੇ ਜਾਂ ਇਹਨਾਂ ਦੀ ਖਰੀਦ ਵਾਸਤੇ ਕੋਈ ਨਾ ਕੋਈ ਜ਼ਰੂਰ ਇਹ ਕਦਮ ਸਰਕਾਰ ਚੁੱਕੇ। ਮੈਂ ਅਸ਼ੋਕ ਕੁਮਾਰ ਚੌਹਾਨ, ਅੱਜ ਕੱਲ੍ਹ ਬਤੌਰ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਬਠਿੰਡਾ ਤੈਨਾਤ ਹਾਂ, ਅਤੇ ਅੱਜ ਮੈਂ ਕਿਸਾਨ ਮੇਲੇ ਦੇ ਵਿੱਚ ਕਿਸਾਨ ਭਰਾਵਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕਰਨ ਆਇਆ ਸੀ। ਸਾਡੇ ਦਫ਼ਤਰ ਦਾ ਇੱਕ ਉਪਰਾਲਾ ਹੁੰਦਾ ਕਿ ਕੋਈ ਵੀ ਸਮਾਜ ਦਾ ਕਮਜ਼ੋਰ ਵਰਗ ਹੈ ਜਿਹਨੂੰ ਕਾਨੂੰਨੀ ਸਹਾਇਤਾ ਦੀ ਲੋੜ ਹੋਵੇ ਤਾਂ ਸਾਡਾ ਜਿਹੜਾ ਦਫ਼ਤਰ ਹੈ ਉਸਨੂੰ ਮੁਫ਼ਤ ਕਾਨੂੰਨੀ ਸਹਾਇਤਾ ਅਤੇ ਸਲਾਹ ਦਿੰਦਾ। ਹਿੰਦੁਸਤਾਨ ਦੀ ਆਜ਼ਾਦੀ ਦਾ ਜਿਹੜਾ 75ਵਾਂ ਸਾਲ ਪ੍ਰੋਗਰੈਸ ਚੱਲ ਰਿਹਾ, ਇਸ ਸਾਲ ਨੂੰ ਪੂਰੇ ਦੇਸ਼ ਪੱਧਰ 'ਤੇ ਹਰ ਮਹਿਕਮੇ ਵੱਲੋਂ 75ਵਾਂ
आज़ादी का अमृत महा उत्सव के तौर पर मनाया जा रहा, तो असी भी इस जी मुहिम के शामिल हो जिस के तहत असी वक् वक् जगह पर जाके मास लैवल पर जाके पिंड पिंड जाके लोगों को सुनेहा दे रहे हैं कि जेकर किसी भी समाज के कमज़ोर वर्ग के व्यक्ति को जिसकी सालाना आमदन 3 लाख तो घट है या कोई एससी एसटी से संबंधित रखता कोई औरत बच्चा अपंग व्यक्ति उद्योगिक काम ते कोई भी वड्डी मुसीबत दा मारिया व्यक्ति जे अजिहे व्यक्तियों नूं कदे भी कोई कानूनी अड़चन आती है तो जिहड़ा साडा दफ्तर है उसनों मुफ्त कानूनी सहायता ते सलाह दिंदा। मुफ्त कानूनी सहायता दे विच जेकर जरूरत पवे तो सरकारी खर्चे ते असीं वकील दिंदे आ, ते जेकर सिर्फ कानूनी सलाह लैनी है वह भी साढ़े पैनल ते एक्सपर्ट बंदे बैठे हर फील्ड दे वो कानूनी सलाह भी दिंदे ने जी। किसानों भी कानूनी मदद की जरूरत है, जिस तरह मैं हूँ पिंडां दे विच घूमया बठिंडे दे विच ते मैं देखा भी कुछ जिहड़े किसान ने वो शिकन दे विच दिखे मैनू, क्योंकि गुलाबी सूंडी दे कारण काफ़ी फसल का नुकसान होया। तो जेकर इस तरह के किसानों लगता भी किसी पद्धर से उन्हां नाल कोई कानूनी तौर पर ज्यादती हुई है तो वो अपने कानूनी हकों की रक्षा करते हुए कदे अदालत का दरवाज़ा खड़काना चाहते हो तो असी उन्होंने मोढ़े नाल मोढ़ा ला के चलांगे तो उन्होंने कानूनी राय तो सलाह तो कानूनी मदद देने लिए सदा तैयार है जी। जिस तरह हिट एंड रन केसिस ने एक्सीडेंट के आम तौर पर देखने चाहिए भी एक्सीडेंट हों गी भजा के लै गया बंदा वो केस अनट्रेस चला जाता भी पता नहीं लगता किस गड्डी एक्सीडेंट होया। उस केस के साडे दफ्तर वालों मृतक के जिहड़े वारस ने उन्होंने 2 लाख रुपये कंपनसेशन दिता जाता। इसी तरह जेकर किसी क्राइम के मर्डर हो जाए उसका भी कंपनसेशन काफ़ी ज़्यादा 5 लाख तो वध हैगा। तो जे किसी औरत जबर जनाह हो जाए तो उसनू प्रैगनेंट हो जाए जबर जनाह कारण उन्होंने हालातों के भी कंपनसेशन है। किसी औरत किसी ने अग लगाती या तेजाबी हमला करता परसेंटेज ऑफ जिनी उसकी बॉडी सरफेस अफेक्ट हुई है वो मुताबिक मुआवजे का प्रावधान है तो इलाज का खर्चा फ्री है। अजिहे हालातों के सू कोई भी बंदा आके मिलता साडा हुंदा भी उन्हों 2 महीने के अंदर अंदर असी मुआवजा देने की कोशिश करिए। अपने अज तक किन्ने कितने मैं पिछले 5-7 साल तो जिन्हें भी केस बठिंडे पेंडिंग से तेजाबी हमलों के या एक्सीडेंट वाले जो केस ने वह सारे मैं क्लीयर कर चुके हैं जोड़े पिछले पुराने केस है। हूँ भी साढ़े को 10-12 केस पेंडिंग ने उन्होंने असी काम कर रहे हैं। ये कुछ फॉरमैलिटीज़ पूरी करनिया होंगे जिस तरह अनट्रेस्ड रिपोर्ट कोर्ट तो लेनी होंगी है, एक वारसा संबंधी सर्टिफिकेट डीसी ऑफिस तो लेना होंगे, वो कई बार फॉरमैलिटी पूरी करने या तफतीश मुकम्मल होने कुछ समा लग जाता पर साड़ी कोशिश होंगी है कि उसनू भी तेजी नाल चला के तुरंत राहत दी जाए। ये असी टीचा लेकर अगे चलते हैं। ਤੁਸੀਂ ਚਾਹੁੰਦੇ ਹੋ ਕਿ ਹਰ ਤਰ੍ਹਾਂ ਦੀ ਖਬਰ ਤੁਹਾਡੇ ਤੱਕ ਪਹੁੰਚੇ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਅਤੇ ਘੰਟੀ ਨੂੰ ਆਲ 'ਤੇ ਕਰੋ।